ਨਿਹੰਗ ਸਿੰਘਾਂ ਨੇ ਕੁੱਟਿਆ ਤੰਬਾਕੂ ਖਾਂਦਾ ਸ਼ਖਸ, ਕੁੱਟ ਕੁੱਟ ਕੇ ਤੋੜ ਦਿੱਤੀ ਪੱਟ ਦੀ ਹੱਡੀ। ਮੌਕੇ ਤੇ ਮੌਜੂਦ ਲੋਕਾਂ ਨੇ ਕੀਤਾ ਬਚਾ। ਤਾਂ ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਵਿਰਾਸਤੀ ਮਾਰਗ ਤੇ ਦੋ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿਰਪਾਨਾਂ ਦੇ ਨਾਲ ਇਸ ਤੇ ਹਮਲਾ ਕੀਤਾ ਗਿਆ ਤੇ ਮੌਕੇ ਤੇ ਫਿਰ ਮੌਜੂਦ ਲੋਕਾਂ ਨੇ ਇਸ ਦਾ ਬਚਾ ਕੀਤਾ। ਤਾਂ ਮੌਕੇ ਤੇ ਪੁਲਿਸ ਵੀ ਪਹੁੰਚ ਗਈ, ਜਿਸ ਦੇ ਵਿੱਚੋਂ ਪੁਲਿਸ ਨੇ ਇੱਕ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਜਦਕਿ ਦੂਸਰਾ ਫਰਾਰ ਹੋ ਗਿਆ। ਤਾਂ ਮਿਲੀ ਜਾਣਕਾਰੀ ਅਨੁਸਾਰ ਨਿਹੰਗ ਸਿੰਘਾਂ ਦੀ ਉਮਰ 13 ਤੋਂ 14 ਸਾਲ ਦੀ ਦੱਸੀ ਜਾ ਰਹੀ ਹੈ। ਤਾਂ ਇਹਨਾਂ ਦੇ ਵੱਲੋਂ ਪ੍ਰਵਾਸੀ ਮਜ਼ਦੂਰ ਦੇ ਪੱਟ ਦੀ ਹੱਡੀ ਤੋੜ ਦਿੱਤੀ ਗਈ, ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਤਾਂ ਪੁਲਿਸ ਅਨੁਸਾਰ ਨੌਜਵਾਨ ਨਿਹੰਗਾਂ ਵੱਲੋਂ ਤੰਬਾਕੂ ਦਾ ਸੇਵਨ ਕਰਦਿਆਂ ਵੇਖ ਕੇ ਇਸ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕੀਤੀ ਗਈ। ਤਾਂ ਸੜਕਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਇਕੱਠਾ ਕਰਨ ਵਾਲੇ ਪਟਨਾ ਨਾਲ ਸੰਬੰਧਿਤ ਇਸ ਮਜ਼ਦੂਰ ਨੂੰ ਨਿਹੰਗ ਸਿੰਘਾਂ ਵੱਲੋਂ ਕੁੱਟਿਆ ਗਿਆ ਕਿਉਂਕਿ ਇਸਦੇ ਵੱਲੋਂ ਤੰਬਾਕੂ ਦਾ ਸੇਵਨ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦਾ ਬਚਾਅ ਕੀਤਾ ਤੇ ਫਿਰ ਪੁਲਿਸ ਦੇ ਵੱਲੋਂ ਇੱਕ ਨਿਹੰਗ ਸਿੰਘ ਨੂੰ ਕਾਬੂ ਵੀ ਕਰ ਲਿਆ ਗਿਆ ਜਦਕਿ ਦੂਸਰਾ ਫਰਾਰ ਹੋ ਜਾਂਦਾ। ਮੈਂ ਪਟਨਾ ਗਿਆ, ਬਾਤ ਹੋਇਆ ਕਿ ਮੈਂ ਬੋਤਲ ਚੁਣ ਰਿਹਾ ਥਾ ਦਰਬਾਰ ਸਾਹਿਬ ਕੇ ਪਾਸ, ਹਾਂ ਤਾਂ ਮੇਰਾ ਪਾਸ ਤਮਾਕੂਲ ਥਾ, ਤਾਂ ਤਮਾਕੂਲ ਖਾਇਆ ਨਹੀਂ, ਹਾਂ ਤਾਂ ਮੈਂ ਬੋਤਲ ਚੁਣ ਰਿਹਾ ਥਾ ਅਗਰ ਛੋਟੀ ਸੇ ਮਾਰਾ ਇੱਕ ਬੈਗ ਕਮ ਪਾਣੀ ਕੱਲ ਕੇ ਹੀ ਮਾਰ ਦਿਆ ਹਾਥ ਪਰ, ਤਾਂ ਉਤਨਾ ਦਿਨ ਮੈਂ ਪੁਲਿਸ ਵਾਲਾ ਆ ਗਿਆ ਤਾਂ ਪਕੜ ਲਿਆ ਹੂੰ, ਅਭੀ ਫਰੇਗਾ ਇੱਕ ਲੜਕਾ ਫਰੇਗਾ ਇੱਕ ਭਾਗ ਗਿਆ, ਹਾਂ ਦੋ ਲੜਕੇ ਥੇ। ਤਾਂ ਨਹੀਂ ਮੈਂ ਖਾਇਆ ਹੀ ਨਹੀਂ ਥਾ, ਜੇਬ ਮੇ ਥਾ, ਤਾਂ ਮੈਂ ਬੋਲਾ ਕਿ ਮੈਂ ਖਾਇਆ ਨਹੀਂ ਤਾਂ ਤੂੰ ਇੱਕ ਬੈਗ ਕਿਉਂ ਮਾਰਾ, ਤੂੰ ਕੰਪਾਨ ਇੱਕ ਵਾਰੀ ਕਾਲ ਕੇ ਬਸ ਇੱਥੇ ਮਾਰ ਦੀ, ਫਿਰ ਪਬਲਿਕ ਇਕੱਠੇ ਹੋ ਗਿਆ ਤਾਂ ਫਿਰ ਇੱਕ ਭਾਗ ਗਿਆ ਤਾਂ ਪਕੜੇ ਗਿਆ, ਹਾਂਜੀ ਹਾਂਜੀ ਬਸ ਇਤਨਾ ਹੀ ਬਾਤ। ਮੈਂ ਪਟਨਾ ਕੇ, ਮੇਰੇ ਮਾਂ ਬਾਪ ਨਹੀਂ, ਘੰਟਾ ਘਰ ਮੇ ਸੋ ਜਾਤੇ ਹੈ, ਬੋਤਲ ਵੇਚ ਕੇ ਰੋਟੀ ਖਾਤੇ ਹੈ, ਮੇਰਾ ਹੱਡੀ ਟੁੱਟ ਗਿਆ ਹੈ, ਇਸ ਕਮਾਜੇ ਮੈਂ ਕੋਈ ਕੰਮ ਨਹੀਂ ਹੋਤਾ ਹੈ, ਗਰੀਬ ਬੰਦੇ ਹੈ ਕਭੀ ਰੋਟੀ ਰੋਟੀ ਤਾਂ ਖਾਣੇ ਹੋਆ ਨਾ, ਬੋਤਲ ਵੀ ਉਹੀ ਛੋੜਾ ਹੈ, ਕੰਪਾਨ ਹੀ ਕਰੇ ਬੈਗ ਹਮਲਾ ਕਰ ਦਿਆ ਕਰ ਦਰਬਾਰ ਸਾਹਿਬ ਕੇ ਪਾਸ ਪਕੜ ਕੇ ਲੈ ਗਏ। ਘੰਟਾ ਘਰ ਆਪਣਾ ਡਾਕਖਾਨਾ ਚੌਂਕ ਦੇ ਲਾਗੇ ਇਹਨਾਂ ਨੇ ਨਿਹੰਗ ਦੇ ਨੇ ਕਿਰਪਾਨ ਕਰਪੂਨ ਮਾਰੀ ਆ, ਉੱਥੇ ਮੌਕੇ 'ਤੇ ਪੁੱਜੇ ਆ, ਡਾਕਟਰ ਕੱਟਿਆ, ਸਿਵਲ ਹਸਪਤਾਲ ਇਲਾਜ ਲਈ ਲੈ ਕੇ ਆਏ, ਨਿਹੰਗ ਆ, ਹਾਂ 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 ਫੜ ਲਿਆ, ਕਿੰਨੀ ਉਮਰ ਸੀ? 13-14 ਸਾਲ, ਇੱਕੋ ਇੱਕੋ, ਹਾਂ ਇੱਕੋ, ਕਹਿੰਦਾ ਤੰਬਾਕੂ ਤੰਬਾਕੂ ਲਗਾ ਰਿਹਾ, ਪਰ ਇਹਦੇ ਕਹਿਣ ਮੁਤਾਬਕ ਹੀ ਆ ਤੰਬਾਕੂ ਕਹਿੰਦਾ ਲੱਗਾ ਲਾਉਣ, ਕਹਿੰਦਾ ਆ ਤੰਬਾਕੂ ਲਾਇਆ ਨਹੀਂ ਆ, ਮੇਰੀ ਜੇਬ ਦੇ ਵਿੱਚ ਤੰਬਾਕੂ ਹੀ ਲਾਉਣ ਲੱਗਾ ਹਾਂ, ਇਸ ਕਰਕੇ ਉਹਨੇ ਮਾਰਿਆ।